ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੇ ਤਪ ਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਵਾਰ 25 ਮਈ ਤੋਂ ਸ਼ੁਰੂ ਹੋਏਗੀ। ਇਸ ਦਿਨ ਲਗਭਗ 15,000 ਫੁੱਟ ਉਚਾਈ ਤੇ ਸਥਾਪਿਤ ਗੁਰਦੁਆਰੇ ਵਿੱਚ ਅਰੰਭਤਾ ਦੀ ਅਰਦਾਸ ਹੋਏਗੀ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਬੰਧ ਹੇਠ ਆਉਂਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਸੰਗਤ ਦੀ ਰਿਹਾਇਸ਼, ਲੰਗਰ, ਮੈਡੀਕਲ ਅਤੇ ਹੋਰ ਸਹੂਲਤ ਦਾ ਪ੍ਰਬੰਧ ਕੀਤਾ ਗਿਆ। ਸ੍ਰੀ ਹੇਮਕੁੰਟ ਸਾਹਿਬ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੇ 25 ਮਈ ਸਵੇਰੇ 10 ਵਜੇ ਵਿਖਾਇਆ ਜਾਏਗਾ ਅਤੇ ਸੰਗਤਾਂ ਹਰ ਰੋਜ਼ 10:30 ਵਜੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਚੜ੍ਹਦੀ ਕਲਾ ਟਾਈਮ ਟੀਵੀ ਦਾ ਸਿੱਧਾ ਪ੍ਰਸਾਰਣ ਵੇਖ ਕੇ ਆਪਣਾ ਜੀਵਨ ਸਫਲਾ ਕਰ ਸਕਦੀਆਂ ਨੇ। ਬੀਤੇ ਦਿਨ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਵਿਸ਼ਨੂੰ ਪ੍ਰਯਾਗ ਵਿੱਚ ਪਹਾੜ ਖਿਸਕਣ ਕਾਰਨ ਰਸਤਾ ਕੁਝ ਵਕਫੇ ਲਈ ਬੰਦ ਕਰਤਾ ਗਿਆ ਸੀ, ਜਿਸ ਸੰਬੰਧੀ ਚਰਨਜੀਤ ਸਿੰਘ ਨੇ ਦੱਸਿਆ ਕਿ ਸੈਲਾਨੀਆਂ ਲਈ ਬਦਰੀਨਾਥ ਰੂਟ ਖੋਲ ਦਿੱਤਾ ਗਿਆ ਅਤੇ ਸੰਗਤਾਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰ ਸਕਦੀਆਂ ਨੇ। ਇਸ ਦੇ ਨਾਲ ਹੀ ਅਦਾਰਾ ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੀ ਨੇ ਵੀ ਹੇਮਕੁੰਟ ਸਾਹਿਬ ਦੇ ਪ੍ਰਬੰਧਾਂ ਤੇ ਯਾਤਰਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਸਾਰੇ ਅਦਾਰਾ ਨੂੰ ਜਿਹੜੇ ਸਿਕਿਉਰਿਟੀ ਦੀ ਉਹਤਾ ਰੱਖਦੇ ਹਨ ਤੇ ਜਿਹੜੀਆਂ ਯਾਤਰਾਵਾਂ ਸਾਡੀਆਂ ਚੱਲਦੀਆਂ ਹਨ, ਜਿਵੇਂ ਕਰਨਲ ਰਾਮਾ ਸੁਬਰਾਮਨੀਅਮ ਜਿਨ੍ਹਾਂ ਦੀ ਕਮਾਂਡ ਹੇਠ ਇੱਥੇ ਬਾਰਡਰ ਰੋਡਸ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਦਿਨ ਰਾਤ ਸੜਕਾਂ ਦੀ ਜੋ ਸੰਭਾਲ ਕਰ ਰਹੀ ਹਨ। ਮਲਾਈ ਵਰਗੀਆਂ ਸੜਕਾਂ ਬਣੀਆਂ ਹਨ, ਉਹਦੇ ਸ਼ਾਰਟ ਵੀ ਆਪ ਜੀ ਨੂੰ ਇਸੇ ਬਾਈਡ ਜਿਹੜੀ ਨਿਊਜ਼ ਕਵਰੇਜ 'ਚ ਅਸੀਂ ਨਾਲ ਨਾਲ ਦਿਖਾ ਰਹੇ ਹਾਂ। ਅਤੇ ਜੇ ਕਿਧਰ ਲੈਂਡਸਲਾਈਡ ਆ ਵੀ ਜਾਂਦੀ ਹੈ ਤਾਂ ਇਹਨਾਂ ਦੀ ਮਸ਼ੀਨਰੀ, ਇਹਨਾਂ ਦੀ ਪੂਰਾ ਸਟਾਫ ਪਲੱਸ ਲੋਕਲ ਐਡਮਿਨਿਸਟ੍ਰੇਸ਼ਨ, ਜੋ ਪੁਲਿਸ ਐਡਮਿਨਿਸਟ੍ਰੇਸ਼ਨ ਹੈ, ਬਾਰਡਰ ਸਿਕਿਉਰਿਟੀ ਫੋਰਸ ਹੈ ਜਾਂ BRO ਦੇ ਬੰਦੇ ਹਨ, ਉਹ ਨਾਲ ਲੱਗ ਕੇ 24 ਘੰਟੇ ਜਿਹੜਾ ਹੈ ਟ੍ਰੈਫਿਕ ਬਿਲਕੁਲ ਵਧੀਆ ਤੌਰ 'ਤੇ ਚਲਾ ਰਹੇ ਹਨ। ਅਤੇ ਅਫਵਾਹਾਂ ਤੋਂ ਬਚਣ ਦੀ ਲੋੜ ਹੈ, ਕਿਸੇ ਵੀ ਤਰ੍ਹਾਂ ਦੀ ਅਫਵਾਹ 'ਚ ਨਾ ਫਸੋ। ਥੋੜ੍ਹੀ ਦੇਰ ਲਈ ਕਈ ਵਾਰ ਲੈਂਡ ਸਲਾਈਡ ਕਰਕੇ ਰਸਤੇ ਜ਼ਰੂਰ ਬੰਦ ਹੁੰਦੇ ਹਨ, ਪਰ ਉਹ ਨਾਲ ਦੀ ਨਾਲ ਇਹਨਾਂ ਦੀ ਹਿੰਮਤ ਸਦਕਾ, ਇਹਨਾਂ ਦੇ ਐਫਰਟ ਸਦਕਾ, ਇਹਨਾਂ ਦੇ ਉੱਦਮ ਸਦਕਾ ਜਿਹੜੇ ਹਨ ਉਹ ਖੁੱਲ੍ਹ ਜਾਂਦੇ ਹਨ। ਅਤੇ ਬੇਫਿਕਰ ਹੋ ਕੇ ਤੁਸੀਂ ਚਾਰ ਧਾਮ ਦੀ ਯਾਤਰਾ ਅਤੇ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਆਓ, ਜੋ ਅੱਗੇ ਆਉਣ ਵਾਲੀ 25 ਤਰੀਕ ਤੋਂ ਯਾਤਰਾ ਸ਼ੁਰੂ ਹੋ ਰਹੀ ਹੈ। ਅਤੇ ਚੜ੍ਹਦੀ ਕਲਾ ਟਾਈਮ ਟੀਵੀ 'ਤੇ ਸਵੇਰੇ 10:30 ਵਜੇ ਤੋਂ ਜੋ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦਾ ਸਿੱਧਾ ਪ੍ਰਸਾਰਣ ਹੈ ਉਹ ਆਪ ਜੀ ਤੱਕ ਰੈਗੂਲਰ 5 ਮਹੀਨੇ ਲੈ ਕੇ ਆ ਰਹੇ ਹਾਂ। ਸਤਿਗੁਰੂ ਅੱਗੇ ਅਰਦਾਸ ਕਰੋ ਕਿ ਸਾਨੂੰ ਵੀ ਹਿੰਮਤ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਆਪਣੀ ਸੇਵਾ ਆਪਣੇ ਦਰ ਕਰਦੀ ਆਪ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਲੈਣ। ਠੀਕ 2 ਦਿਨ ਪਹਿਲੇ 19 ਮਈ ਕੋ ਆਪ ਸਭ ਨੇ ਦੇਸ਼ ਭਰ ਕੇ ਨਿਊਜ਼ ਚੈਨਲਸ ਔਰ ਨਿਊਜ਼ ਪੇਪਰਸ ਮੇ ਦੇਖਾ ਕਿ ਬਦਰੀਨਾਥ ਕੇ ਪਾਸ ਯਹਾਂ ਵਿਸ਼ਨੂੰ ਪ੍ਰਯਾਗ ਮੇ ਮੈਸਿਵ ਲੈਂਡ ਸਲਾਈਡ ਹੋਈ ਔਰ 15,000 ਲੋਕ ਇਸ ਰੂਟ ਪੇ ਫਸ ਗਏ। ਪਰ ਇਹ ਬਾਤ ਆਪ ਯਕੀਨਨ ਨਹੀਂ ਜਾਣਤੇ ਕਿ ਬਾਰਡਰ ਰੋਡ ਆਰਗੇਨਾਈਜੇਸ਼ਨ ਔਰ ਲੋਕਲ ਐਡਮਿਨਿਸਟ੍ਰੇਸ਼ਨ ਨੇ ਮਿਲ ਕੇ ਰਾਸਤਾ ਬਹੁਤ ਹੀ ਜਲਦ ਦੁਬਾਰਾ ਖੋਲ ਦਿਆ ਔਰ ਯਾਤਰਾ ਨੋਰਮਲਾਈਜ਼ ਵੀ ਹੋ ਗਈ। ਲੇਕਿਨ ਕਿਸੇ ਵੀ ਨਿਊਜ਼ ਚੈਨਲ ਨੇ ਰਾਸਤਾ ਦੁਬਾਰਾ ਖੁੱਲ੍ਹਣੇ ਕੀ ਪੋਜ਼ਿਟਿਵ ਨਿਊਜ਼ ਕੋ ਫਲੈਸ਼ ਨਹੀਂ ਕੀਆ। ਨਤੀਜਾ ਕਿਆ ਹੁਆ, ਬੇਵਜ੍ਹਾ ਲੋਕੋ ਕੇ ਮਨ ਮੇ ਯਾਤਰਾ ਕੋ ਲੈ ਕੇ ਡਰ ਪੈਦਾ ਹੋ ਗਏ ਔਰ ਯਾਤਰਾ ਪ੍ਰਭਾਵਿਤ ਹੋ ਗਈ। ਜਾਣੇ ਅਣਜਾਣੇ ਨਿਊਜ਼ ਏਜੰਸੀਜ਼ ਆਪਣੀ ਲਾਪਰਵਾਹੀਓ ਕੀ ਵਜ੍ਹਾ ਸੇ ਆਪਣੇ ਸਿਰ ਪੇ ਪਾਪ ਲੈ ਰਹੇ ਹੈ, ਕਿਉਂਕਿ ਇਹ ਜਗ੍ਹਾ ਦੇਵਤਾਓ ਕੀ ਤਪੋ ਭੂਮੀ ਹੈ। ਹਮਾਰੀ ਜੰਗ ਹੈ ਇਸ ਨੈਗੇਟਿਵ ਨਿਊਜ਼ ਕੇ ਰਵੱਈਏ ਸੇ। ਆਪ ਸਭ ਹਮਾਰਾ ਸਾਥ ਦੇ ਔਰ ਲੋਕੋ ਕੋ ਇਸ ਬਾਰੇ ਅਵੇਅਰ ਕਰਵਾਏ। ਲੈਂਡ ਸਲਾਈਡ ਪਹਾੜੋਂ ਪੇ ਕਾਮਨ ਹੈ, 50 ਸਾਲ ਪਹਿਲੇ ਵੀ ਥੀ, ਆਜ ਵੀ ਹੈ ਔਰ ਫਿਊਚਰ ਮੇ ਵੀ ਰਹੇਗੀ। ਆਪ ਸਭ ਬੇਧੜਕ ਦਰਸ਼ਨ ਕਰੋ ਚਾਰ ਧਾਮ ਔਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਕੇ। ਬੋਲੇ ਸੋ ਨਿਹਾਲ।